ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਨਵੀਂ ਅਪਡੇਟ ਲੈ ਕੇ ਅਸੀਂ ਤੁਹਾਡੇ ਰੂਬਰੂ ਹੋ ਰਹੇ ਹਾਂ ਸੋ ਅੱਜ ਦੀ ਜਿਹੜੀ ਖਬਰ ਹੈ ਉਹ ਸੀਐਮ ਦੇ ਨਾਲ ਜੁੜੀ ਹੋਈ ਹੈ ਮੁਲਾਜ਼ਮਾਂ ਦੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੀ ਮੰਗਾਂ ਜਿਹੜੀਆਂ ਰੱਖੀਆਂ ਗਈਆਂ ਤੇ ਉਹਦਾ ਕੀ ਹੱਲ ਹੋਇਆ ਉਸ ਨੂੰ ਡਿਸਕਸ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਰੀਆਂ ਖਬਰਾਂ ਤੁਹਾਨੂੰ ਟਾਈਮ ਟੂ ਟਾਈਮ ਮਿਲ ਸਕਣ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਮੀਟਿੰਗ ਦੇ ਸਬੰਧ ਵਿੱਚ ਸਿਕਸ ਪੇ ਕਮਿਸ਼ਨ ਨੂੰ ਲੈ ਕੇ ਕਾਫੀ ਮੰਗਾਂ ਜਿਹੜੀਆਂ ਮੁਲਾਜ਼ਮਾਂ ਦੀਆਂ ਚੱਲ ਰਹੀਆਂ ਐ ਅੱਜ ਖੈਰਾਜੀ ਦੁਆਰਾ ਜਿਹੜਾ ਅਨਾਉਂਸਮੈਂਟ ਕੀਤੀ ਗਈ ਐ ਦੱਸਿਆ ਗਿਆ ਵੀ ਉਹਨਾਂ ਦੀ ਜਿਹੜੀ ਮੀਟਿੰਗ ਹੋਈ ਐ ਉਹਦੇ ਵਿੱਚ ਕੀ ਕੀ ਗੱਲਾਂ ਰੱਖੀਆਂ ਗਈਆਂ ਅ ਕਿਉਂਕਿ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਐ ਵੀ ਸਿਕਸ ਪੇ ਕਮਿਸ਼ਨ ਨੂੰ ਲੈ ਕੇ ਕਾਫੀ ਜਿਹੜੀਆਂ ਮੁਲਾਜ਼ਮ ਐ ਉਹਨਾਂ ਦੀ ਕਾਫੀ ਚਿਰ ਤੋਂ ਹੜਤਾਲ ਦੇ ਵਿੱਚ ਅ ਮਤਲਬ ਸ਼ਾਮਲ ਹੋ ਰਹੇ ਸੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ ਉਹਨਾਂ ਦੇ ਨਾਲ ਸਹਿਯੋਗ ਦਿੱਤਾ ਜਿਹੜੇ ਮੁਲਾਜ਼ਮ ਸਾਥੀਆਂ ਨੇ ਡਾਇਰੈਕਟੋਰੇਟ ਨੇ ਜਾਂ ਹੜਤਾਲ ਵਿੱਚ ਆਪਾਂ ਕਿਹਾ ਸੀ ਨੇ ਸਮੂਲੀਅਤ ਕੀਤੀ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਤਾਂ ਉਹਨਾਂ ਦਾ ਧੰਨਵਾਦ ਕੀਤਾ ਵੀ ਉਹ 8 ਤਰੀਕ ਤੋਂ ਹੜਤਾਲ ਤੇ ਬੈਠੇ ਐ ਸੋ ਮੀਟਿੰਗਾਂ ਕਾਫੀ ਹੋ ਰਹੀਆਂ ਸੀ ਕਈਆਂ ਮੀਟਿੰਗਾਂ ਦੀਆਂ ਜਿਹੜੀਆਂ ਚਿੱਠੀਆਂ ਵੀ ਜਾਰੀ ਹੁੰਦੀਆਂ ਸੀ ਨੋਟੀਫਿਕੇਸ਼ਨ ਵੀ ਹੁੰਦੇ ਸੀਗੇ ਕਿਉਂਕਿ ਸੋ 2016 ਦੀ ਭਰਤੀ ਤੋਂ ਬਾਅਦ ਕਾਫੀ ਜਿਹੜੀਆਂ ਪ੍ਰੋਬਲਮਸ ਹੈਗੀਆਂ ਸੀ ਜਿਹੜੀਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਉਹ ਕਲੀਅਰ ਨਹੀਂ ਹੋ ਰਹੀਆਂ ਸੀ ਸੋ ਇਹਦੇ ਵਿੱਚ ਜਿਹੜੀ ਅੱਜ ਮੀਟਿੰਗ ਹੋਈ ਹੈ ਮੋਰਿੰਡਾ ਵਿਖੇ ਕਿਉਂਕਿ ਇਹ ਮੀਟਿੰਗ ਨੂੰ ਲੈ ਕੇ ਕਾਫੀ ਜਿਹੜਾ ਚੱਲ ਰਹੀ ਸੀਗੀ ਤੇ ਇਹਦੇ ਵਿੱਚ رابطہ قائم ਕੀਤਾ ਉਹਨਾਂ ਨੇ ਕੈਲਕੂਲੇਸ਼ਨ ਦੀ ਜਿਹੜੀ ਨਵੀਆਂ ਜਿਹੜੀਆਂ ਚੀਜ਼ਾਂ ਰਿਵਾਈਜ਼ ਹੋਈਆਂ ਉਹਦੇ ਦੇ ਵੀ ਗੱਲ ਹੋਈ ਆ ਸੋ ਇਹਦੇ ਵਿੱਚ ਜਿਹੜੀ ਸੀਐਮ ਦੇ ਨਾਲ ਉਹਨਾਂ ਦੀ ਗੱਲ ਹੋਈ ਹੈ ਤਾਂ ਇਹ ਅੱਜ ਦੀ ਜਿਹੜੀ ਮੀਟਿੰਗ ਹੈ ਕਾਫੀ ਪੋਜ਼ਿਟਿਵ ਰਹੀ ਹੈ ਉਹਦੇ ਵਿੱਚ ਕਾਫੀ ਸਹਿਮਤੀ ਵੀ ਬਣੀ ਹੈ ਕਿਉਂਕਿ ਖੈਰਾ ਜੀ ਨੇ ਅਨਾਉਂਸ ਕੀਤਾ ਇਹਦੇ ਵਿੱਚ ਉਹ ਕਹਿੰਦੇ ਵੀ ਕਾਫੀ ਲੰਬੀ ਮੀਟਿੰਗ ਸੀ ਤੇ ਮੋਰੇਂਡਾ ਵਿਖੇ ਹੋਈ ਹੈ ਸੀਐਮ ਸਾਹਿਬ ਨਾਲ ਤੇ ਉੱਥੇ ਉਹਨਾਂ ਨੇ ਉਹਨਾਂ ਦਾ ਵੈਲਕਮ ਕੀਤਾ ਤੇ ਕਾਫੀ ਵਧੀਆ ਪੋਜ਼ਿਟਿਵ ਵੇ ਨਾਲ ਉਹਨਾਂ ਨਾਲ ਡੀਲ ਕੀਤੀ ਗਈ ਤੇ ਸੀਐਮ ਨੇ ਉਹਨਾਂ ਨੂੰ ਇਹ ਵੀ ਗੱਲ ਕਹੀ ਹੈ ਵੀ ਦਿਵਾਲੀ ਤੱਕ ਉਹ ਸਾਰੀ ਅਨਾਉਂਸਮੈਂਟ ਕਰ ਦੇਣਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਵੀ ਹੜਤਾਲ ਨੂੰ ਲੈ ਕੇ ਵੀ ਇਹ ਹੜਤਾਲ ਹੁਣ ਜਿਹੜੀ ਰੋਕੀ ਜਾਵੇ ਕਿਉਂਕਿ ਇਹਦੇ ਵਿੱਚ ਜਿਹੜੀਆਂ ਪੇ ਕਮਿਸ਼ਨ ਨੂੰ ਲੈ ਕੇ ਮੰਗਾਂ ਸੰਬੰਧੀ ਉਹਨਾਂ ਨੇ ਮਤਾ ਪਾਸ ਕੀਤਾ ਸੀ ਸਾਰੇ ਮੁਲਾਜ਼ਮਾ ਨੇ ਵੀ ਅਸੀਂ ਇਹਦੇ ਤੇ ਆਪਣੀਆਂ ਜਿਹੜੀਆਂ ਹੱਕਾਂ ਨੂੰ ਲੈ ਕੇ ਰਵਾਂਗੇ ਤਾਂ ਸੀਐਮ ਨੇ ਕਿਹਾ ਵੀ ਸਾਡੇ ਤੇ ਤੁਸੀਂ ਭਰੋਸਾ ਕਰੋ ਅਸੀਂ ਜਲਦੀ ਹੀ ਲੈਟਰ ਇਸ਼ੂ ਕਰ ਦੇਵਾਂਗੇ ਕਿਉਂਕਿ ਇੱਕ ਉਹਨਾਂ ਨੇ ਬੇਨਤੀ ਕੀਤੀ ਹੈ ਵੀ ਅਸੀਂ ਦਿਵਾਲੀ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਸਾਰੀਆਂ ਜਿਹੜੀਆਂ ਮੰਗਾਂ ਨੌਕਰੀਆਂ ਦਾ ਜਾਂ ਦਿਵਾਲੀ ਦਾ ਇੱਕ ਤੋਹਫਾ ਜਿਹੜਾ ਤੁਹਾਨੂੰ ਮਿਲ ਸਕਦਾ ਹੈਗਾ ਕਿਉਂਕਿ ਇਹਦੇ ਵਿੱਚ ਕਾਫੀ ਹੋਰ ਵੀ ਜਿਵੇਂ ਅੱਜ ਮੀਟਿੰਗ ਦੇ ਵਿੱਚ ਜਿਵੇਂ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਕਾਫੀ ਜਿਹੜੇ ਬਿਜਲੀ ਦੇ ਵਿੱਚ ਵੀ ਕਾਫੀ ਵੱਡੇ ਐਲਾਨ ਕੀਤੇ ਅਸੀਂ ਐਮ ਨੇ ਨੌਕਰੀਆਂ ਨੂੰ ਲੈ ਕੇ ਕਾਫੀ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਤਾਂ ਉਸੇ ਤਰੀਕੇ ਨਾਲ ਮੁਲਾਜ਼ਮਾਂ ਨੂੰ ਵੀ ਅੱਜ ਕਾਫੀ ਪੋਜ਼ਿਟਿਵਿਟੀ ਜਿਹੜੀ ਮਿਲੀ ਹੈ ਤਾਂ ਸਾਰਿਆਂ ਵੱਲੋਂ ਇਹ ਮੀਟਿੰਗ ਬਹੁਤ ਸਕਸੈਸਫੁਲ ਰਹੀ ਹੈ ਸੋ ਹੋਪ ਹੁਣ ਦਿਵਾਲੀ ਤੱਕ ਸੀਐਮ ਦੁਆਰਾ ਜਿਹੜੇ ਲੈਟਰਸ ਇਸ਼ੂ ਕੀਤੇ ਜਾਣਗੇ ਜੋ ਵੀ ਮੰਗਾਂ ਰੱਖੀਆਂ ਗਈਆਂ ਹੈ ਵੀ ਉਹ ਪੋਜ਼ਿਟਿਵ ਵੇ ਨਾਲ ਹੱਲ ਹੋ ਜਾਣਗੀਆਂ ਸੋ ਅੱਜ ਦੀ ਜਿਹੜੀ ਇਹ 8 ਤਰੀਕ ਤੋਂ ਸ਼ੁਰੂ ਹੋਈ ਸੀ ਮੀਟਿੰਗ ਹੜਤਾਲ ਤੇ ਬੈਠੇ ਸੀ ਉਹਨਾਂ ਦੀ ਜਿਹੜੀ ਅੱਜ ਮੀਟਿੰਗ ਹੋਈ ਹੈ 2016 ਦੀ ਭਰਤੀ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਹੈਗੀਆਂ ਨੇ ਪੇਗ ਮਿਸ਼ਨ ਨੂੰ ਲੈ ਕੇ ਉਹਨਾਂ ਤੇ ਸੀਐਮ ਨੇ ਭਰੋਸਾ ਦਿੱਤਾ ਵਿਸ਼ਵਾਸ ਦਿੱਤਾ ਵੀ ਉਹ ਜਲਦੀ ਹੀ ਦੀਵਾਲੀ ਤੋਂ ਇੱਕ ਜਾਂ ਦੋ ਦਿਨਾਂ ਦੇ ਵਿੱਚ ਅਨਾਉਂਸਮੈਂਟ ਕਰਕੇ ਉਹਨਾਂ ਦਾ ਕਲੀਅਰ ਕਰ ਦੇਣਗੇ ਸੋ ਉਸ ਤੋਂ ਬਾਅਦ ਜਦੋਂ ਵੀ ਸਾਡੇ ਕੋਲੇ ਕੋਈ ਆਫੀਸ਼ੀਅਲੀ ਨੋਟੀਫਿਕੇਸ਼ਨ ਆਉਂਦਾ ਹੈ ਜਾਂ ਸਾਡੇ ਕੋਲੇ ਕਿਸੇ ਵੀ ਤਰ੍ਹਾਂ ਦੀ ਸਿਕਸ ਪੇ ਕਮਿਸ਼ਨ ਨੂੰ ਲੈ ਕੇ ਜਾਂ ਮੰਗਾ ਮੁਲਾਜ਼ਮਾਂ ਦੀਆਂ ਮੰਗਾਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਵੀ ਖਬਰ ਆਉਂਦੀ ਹੈ ਅਸੀਂ ਨਾਲ ਦੀ ਨਾਲ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਸੋ ਲਾਸਟ ਵੀ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਚੈਨਲ ਨਾਲ ਜੁੜੇ ਹੋਏ ਨੇ ਸੋ ਪੂਰੀ ਕੋਸ਼ਿਸ਼ ਹੈ ਤੁਹਾਨੂੰ ਸਾਰੀਆਂ ਪ੍ਰੋਪਰਲੀ ਨਿਊਜ਼ ਤੁਹਾਨੂੰ ਅਸੀਂ ਦਿੰਦੇ ਰਹੀਏ ਟਾਈਮ ਟੂ ਟਾਈਮ ਸੋ ਲਾਸਟ ਵੀ ਅਸੀਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰੈੱਡ ਬਟਨ ਨੂੰ ਕਲਿੱਕ ਕਰਕੇ ਸਕ੍ਰਾਈਬ ਕਰ ਲਓ ਤਾਂ ਜੋ ਸਾਰੀਆਂ ਅਪਡੇਟ ਖਬਰਾਂ ਤੁਸੀਂ ਟਾਈਮ ਦੇ ਨਾਲ ਪ੍ਰਾਪਤ ਕਰ ਸਕੋ ਸੋ ਧੰਨਵਾਦ ਜੀ